ਹਾਂਜੀ ਦੋਸਤੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਟਰੈਕਟਰ ਵਰਕਸ਼ਾਪ ਟਰੈਕਟਰ ਮੋਡੀਫਾਈ ਕਰਦੇ ਆ ਬਈ ਅਸੀਂ ਤੇ ਪਿਛਲੇ 2 2.5 ਸਾਲ ਦਾ ਜਿੰਨਾ ਕੁ ਤਜਰਬਾ ਹੋਇਆਗਾ ਉਹੀ ਤੁਹਾਡੇ ਨਾਲ ਅੱਜ ਨਾਲੋ ਵੀ ਸਾਂਝਾ ਕਰਕੇ ਇਹ ਜਿਹੇ ਟਰੈਕਟਰ ਬਣਾਉਣ ਲੱਗੇ ਆਂਗੇ ਟਰੈਕਟਰ ਅਸੀਂ ਆਪ ਦੇ ਟਰੈਕਟਰ ਤੋਂ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਜਿਵੇਂ ਪਿਆਰ ਮਿਲੀ ਗਿਆ ਹੁਣ ਤੱਕ ਅਸੀਂ ਬਹੁਤ سارے ਟਰੈਕਟਰ ਅਸੀਂ ਰੈਡੀ ਕਰ ਚੁੱਕੇ ਆਂ ਤੇ ਤੁਹਾਡੇ ਸਾਰਿਆਂ ਦੇ ਨਾਲ ਚੀਜ਼ਾਂ ਸਾਂਝੀਆਂ ਕਰ ਚੁੱਕੇ ਆਂਗੇ ਵੀ ਜਿਹੜੀਆਂ ਅਜੇ ਤੱਕ ਕਿਸੇ ਨੇ ਕੀਤੀਆਂ ਨਹੀਂ ਸੀਗੇ ਸਾਡੇ ਆਉਣ ਤੋਂ ਪਹਿਲਾਂ ਨਾਲੋ ਵੀ ਜਿਹੜੇ ਟਰੈਕਟਰ ਤਿਆਰ ਜਿੰਨੇ ਵੀ ਹੋ ਰਹੇ ਸੀਗੇ ਹਨ ਉਹਦੇ ਬਾਰੇ ਲੋਕਾਂ ਨੂੰ ਆਉਂਦਾ ਵੀ ਪਤਾ ਨਹੀਂ ਕਿੱਡੀ ਕਬਡੀ ਚੀਜ਼ ਹੈ ਵੀ ਕਿਵੇਂ ਤਿਆਰ ਹੁੰਦਾ ਵੀ ਪਤਾ ਨਹੀਂ ਕੀ ਇਹਦੇ ਵਿੱਚ ਘੋਲ ਕੇ ਪਾ ਦਿੰਦੇ ਨੇਗੇ ਤੇ ਉਹੀ ਚੀਜ਼ਾਂ ਐਸੀ ਕਲੀਅਰ ਕੀਤੀਆਂ ਸਾਰਿਆਂ ਦੇ ਮਾਈਂਡ ਦੇ ਵਿੱਚ ਸਾਰੀ ਜਿੰਨੀਆਂ ਵੀ ਐਨ ਵਾਲੋ ਵੀ ਗਲਤਫਹਿਮੀਆਂ ਲਾ ਲਓ ਯਾ ਜਿੰਨੀਆਂ ਵੀ ਉਲਝਣਾਂ ਸੀਗੀਆਂ ਉਹ ਸਾਂਝੀ ਕੀਤੀ ਤਾਂ ਜੋ ਹਰੇਕ ਬੰਦਾ ਜੇ ਕੋਈ ਘੱਟ ਪੈਸੇ ਲਾਉਣਾ ਚਾਹੁੰਦਾ ਹੈ ਘੱਟ ਪੈਸੇ 'ਚ ਕੋਈ ਆਪ ਦਾ ਟਰੈਕਟਰ ਤਿਆਰ ਕਰਨਾ ਚਾਹੁੰਦਾ ਕੋਈ ਆਪ ਕਰਨਾ ਚਾਹੁੰਦਾ ਹੈਗਾ ਵੀ ਉਹ ਬੰਦਾ ਆਪ ਵੀ ਤਿਆਰ ਕਰ ਸਕਿਆ ਸੀ ਸਾਰਾ ਕੁਝ ਦੱਸਿਆ ਸਾਡੀਆਂ 1000 ਵੀਡੀਓ YouTube ਦੇ ਉੱਤੇ ਪਈ ਹੈ 1000 ਵੀਡੀਓ ਦੇ ਵਿੱਚ ਤੁਸੀਂ ਇਹ ਲਾ ਲਓ ਵੀ ਅਸੀਂ ਸਾਰਾ ਕੁਝ ਹੀ ਦੱਸ ਰੱਖਿਆ ਹੈਗਾ ਜਿਹਦੇ ਵਿੱਚ ਕਿ ਇਹ ਲਾ ਲਓ ਵੀ ਕਿੱਥੋਂ ਸਮਾਨ ਮਿਲਦਾ ਹੈ ਕਿਹੜਾ ਪਾਰਟਸ ਪੈਂਦਾ ਕਿ ਜਦੋਂ ਇੰਜਨ ਖੋਲਦੇ ਆ ਉਹਦੇ ਵਿੱਚ ਕਿਵੇਂ ਕੰਮ ਕਰਦੇ ਆ ਕੀ ਕੁਝ ਪੈਂਦਾ ਕਿਥੋਂ ਕਿਹੜਾ-ਕਿਹੜਾ ਸਮਾਨ ਮਿਲਦਾ ਹੈ ਕਿਹੜੀ ਚੀਜ਼ ਨਾਲ ਕਿਹੜਾ ਸੋਹਣੀ ਲੱਗੂਗੀ ਕਿਹੜੇ ਟਾਇਰ ਸਾਈਜ਼ ਸੋਹਣੇ ਲੱਗਣਗੇ ਅੱਗੇ ਕਿਹੜਾ ਟਾਇਰ ਟਾਇਰ ਸਾਈਜ਼ ਸੋਹਣਾ ਲੱਗੂ ਪਿੱਛੇ ਕਿਹੜਾ ਕਿਹੜਾ ਰਿਮ ਚੱਲੂ ਕਿਹੜੇ ਪੈਰਦਾਨ ਚੱਲਣਗੇ ਸਭ ਕੁਝ A to Z ਹੈ ਅਸੀਂ YouTube ਤੇ ਪਾਇਆ ਤੇ ਬਹੁਤ ਸਾਰਾ ਪਿਆਰ ਮਿਲਿਆ ਬਾਈ ਤੇ ਹੁਣ ਇਹ ਲਾ ਲੋ ਵੀ ਆਪ ਸਭ ਦੀ ਕਿਰਪਾ ਨਾਲ ਆਪਾਂ ਇੱਕ ਵੱਡੀ ਵਰਕਸ਼ਾਪ ਵੀ ਬਣਾ ਰਹੇ ਆਂਗੇ ਉੱਥੇ ਆਪਾਂ ਇਹ ਲਾ ਲੋ ਵੀ ਗੱਡੀਆਂ ਦਾ ਵੀ ਇਹਦੇ ਵਿੱਚ ਐਡ ਕਰਾਂਗੇ ਗੱਡੀਆਂ ਨੂੰ ਵੀ ਪੇਂਟ ਕਰਨਾ ਗੱਡੀਆਂ ਨੂੰ ਵੀ ਰੀਸਟੋਰ ਕਰਨਾ ਅਸੀਂ ਸ਼ੁਰੂ ਕਰਾਂਗੇ ਤੇ ਉਮੀਦ ਕਰਦੇ ਇਸ ਵੀਡੀਓ ਨੂੰ ਵੀ ਤੁਸੀਂ ਪਿਆਰ ਦੇਵੋਗੇ ਤੁਹਾਡਾ ਜੋ ਵੀ ਭਰਾ ਕੋਈ ਟਰੈਕਟਰ ਤਿਆਰ ਕਰਾਉਣਾ ਚਾਹੁੰਦਾ ਜਾਂ ਜਿਹਨੂੰ ਜੋ ਆਪਣੇ ਕਿਸੇ ਪੁਰਾਣੇ ਟਰੈਕਟਰ ਨੂੰ ਪਿਆਰ ਕਰਦਾ ਹੈ ਕੋਈ ਮੋਡੀਫਾਈ ਕਰਾਉਣਾ ਚਾਹੁੰਦਾ ਉਹਨੂੰ ਰੀਸਟੋਰ ਕਰਨਾ ਚਾਹੁੰਦਾ origignal look ਚਲਾ ਲੋ ਚਾਹੇ ਮੋਡੀਫਾਈ ਜਿਵੇਂ ਆ ਮੇਰੇ ਪਿੱਛੇ ਹੋਏ ਨੇ ਐਵੇਂ ਦਾ ਰੱਖਣਾ ਚਾਹੁੰਦਾ ਉਹ ਚੀਜ਼ਾਂ ਕਰਵਾਉਣਾ ਚਾਹੁੰਦਾ ਉਹਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਉਹਨੂੰ ਇਹਦਾ ਇਸ ਵੀਡੀਓ ਦਾ ਲਿੰਕ WhatsApp ਕਰਿਓ Instagram ਤੇ ਭੇਜੋ ਕਾਪੀ ਕਰਕੇ ਅਗਲੇ ਨੂੰ ਸੈਂਡ ਕਰ ਦਿਓ ਬਸ ਵੀ ਦੱਸ ਦਿਓ ਵੀ ਆਹ ਚੀਜ਼ ਬਈ ਜੇ ਕਰਵਾਉਣੀ ਆ ਤਾਂ ਇਹਨਾਂ ਤੋਂ ਕਰਵਾ ਤੇ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਬਈ ਆਪਣੇ ਪਿੱਛੇ ਅੱਜ ਫੋਰਡ 3600 ਖੜਾ ਹੈ ਇੱਕ ਫੋਰਡ 36 3630 ਹੈ ਜਿਹੜਾ ਆ ਫੋਰਡ ਹੈ ਇਹ 1982 ਮਾਡਲ ਹੈ ਤੇ ਇੱਕ ਹੋਰ ਫੋਰਡ 3600 ਤੇ ਮੂਰੇ ਬਸ ਅਲਾਈ ਵਿਲ ਪਾਏ ਹੋਏ ਨੇ ਉਹੀ ਚੀਜ਼ਾਂ ਤੁਹਾਡੇ ਨਾਲ ਸਾਂਝੀ ਕਰੂੰ ਨਾਲ ਕੁਝ ਗੱਲਾਂ ਮੈਂ ਤੁਹਾਨੂੰ ਹੋਰ ਵੀ ਦੱਸੂੰਗਾ ਵੀ ਟਰੈਕਟਰ ਜਿਹੜਾ オリジナル ਆਉਂਦਾ ਤੇ ਇਹ ਆਉਂਦਾ ਵੀ ਇਹਦੇ ਵਿੱਚ ਕਿੰਨਾ ਕੁ ਫਰਕ ਹੈ ਕਿੰਨੇ ਕੁ ਪੈਸੇ ਲੱਗ ਜਾਂਦੇ ਨੇ ਮੋਟਾ-ਮੋਟਾ ਅੰਦਾਜ਼ਾ ਤੁਹਾਡੇ ਨਾਲ ਸਾਂਝਾ ਕਰੂੰਗਾ ਨਾਲ ਬਣੇ ਰਹੋ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਬਈ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਹਾਂਜੀ ਹੁਣ ਫੋਰਡ 3600 1982 ਮਾਡਲ ਹੈ ਮ ਜਦੋਂ ਇਹਦੀ ਹਾਲਤ ਆਈ ਸੀ ਮੈਂ ਕੁਝ ਕਲਿੱਪਸ ਨਾਲ ਨਾਲ ਤੁਹਾਨੂੰ ਦਿਖਾ ਦੂੰਗਾ ਕੁਝ ਐਡ ਕਰ ਦੂੰਗਾ ਵੀ ਇਹਦੀ ਪਹਿਲਾਂ ਦੀ ਹਾਲਤ ਕੀ ਸੀ ਤੇ ਹੁਣ ਇਹਦੀ ਕੀ ਹਾਲਤ ਆ ਉਹ ਤੁਹਾਡੇ ਸਾਹਮਣੇ ਹੀ ਹੈਗੀ ਜਦੋਂ ਇਹ ਇਹ ਆਇਆ ਸੀਗਾ ਤਾਂ ਬਹੁਤ ਖਾਸਤਾ ਹਾਲਤ ਦੇ ਵਿੱਚ ਸੀਗਾ ਤੇ ਇਹ ਦੋ ਤਰੀਕੇ ਦੇ ਟਰੈਕਟਰ ਹੁੰਦੇ ਨੇ ਬਾਈ ਮੈਂ ਸਿੱਧਾ ਮੇਰੀ ਵਰਡਿੰਗ 'ਚ ਦੋ ਤਰੀਕੇ ਤਿੰਨ ਤਿੰਨ ਟਾਈਪ ਹੋਗੇ ਵੈਸੇ ਤਾਂ ਇੱਕ ਤਾਂ ਹੁੰਦਾਗਾ ਵੀ origignal ਜਿਹੇ ਜਿਹੇ ਕੰਪਨੀ 'ਚੋਂ ਟਰੈਕਟਰ ਆਇਆ ਸੀਗਾ ਸੇਮ 1995 96 ਤੱਕ ਜਦੋਂ ਤੱਕ ਟਰੈਕਟਰ ਆਏ ਨੇਗੇ ਉਦੋਂ ਤੱਕ ਜਿਹੜੇ ਜਿਹੜੇ ਡਾਇਰੈਕਟਰ ਆਏ ਸੀਗੇ ਜੇ ਇੱਕ ਤਾਂ ਹੁੰਦਾ ਵੀ ਸੇਮ ਉਹੋ ਜਿਹਾ ਰੀਸਟੋਰ ਕਰਾਉਣਾ ਚਾਹੁੰਦਾ ਕੋਈ ਬੰਦਾ ਉਹ ਰੀਸਟੋਰ ਕਰਦਾ ਬਾਈ ਉਹ ਸਾਡੇ ਲਈ ਵੀ ਸੁੱਖ ਹੈ ਠੀਕ ਹੈ ਗਾਹਕ ਦੇ ਪੈਸੇ ਵੀ ਜਾਇਜ਼ ਜੇ ਲੱਗਦੇ ਨੇਗੇ ਤੇ ਗੱਲ ਵੀ ਪੂਰੀ ਬਣ ਜਾਂਦੀ ਹੈਗੀ ਜਮਾਂ origignal ਟਰੈਕਟਰ ਤਿਆਰ ਹੋ ਜਾਂਦਾ ਇੱਕ ਫੋਟੋ ਸਕਰੀਨ ਦੇ ਉੱਤੇ ਤੁਹਾਡੀ ਆ ਰਹੀ ਹੈਗੀ ਉਹਦੇ ਵਿੱਚ ਮੈਂ ਦੱਸਿਆ ਹੋਇਆ ਹੈਗਾ ਵੀ ਉਹ ਟਰੈਕਟਰ ਕਿਵੇਂ ਤਿਆਰ ਹੁੰਦਾ ਹੈਗਾ ਤੇ ਕਹੇ ਜੀ ਲੋਕ ਹੈਗੀ ਬਸ ਉਹ ਤੁਹਾਨੂੰ ਅੰਦਾਜ਼ਾ ਜਿਹਾ ਹੋ ਜੂਗਾ ਵੀ ਕਿਹੜੇ ਟਰੈਕਟਰ ਦੀ ਗੱਲ ਕਰਦਾ ਹੁਣ ਇਹਦੇ ਵਿੱਚ ਇੱਕ ਉਹ ਹੈਗਾ ਫੋਰਡ 3600 ਨੂੰ ਜੇ ਆਪਾਂ ਪਾਵਰ ਸਟੀering ਕਰਨਾ ਹੈ ਤੇ ਡਿਸਕ ਬ੍ਰੇਕ ਲਾਉਣਾ ਹੈ ਹਨਾ ਤੇ ਫੋਰਡ 3600 ਪਾਵਰ ਸਟੀering ਹੋਏ ਦਾ ਡਿਸਕ ਬ੍ਰੇਕ ਲੱਗ ਜਾਂਦੀਆਂ ਨੇਗੀਆਂ ਤੇ ਟਰੈਕਟਰ ਥੋੜਾ ਜਿਹਾ ਉੱਚਾ ਹੋ ਜਾਂਦਾ ਟਰੈਕਟਰ ਤੇ 14 ਦੇ ਟਾਇਰ ਹੋ ਜਾਂਦੇ ਨੇਗੇ ਉਹ ਉਹ ਅਲੱਗ ਕੈਟਾਗਰੀ ਆ ਗਈ ਇਹ ਸੈਕੰਡ ਕੈਟਾਗਰੀ ਹੋਗੀ ਇੱਕ ਹੁੰਦਾ ਵੀ ਆਪਾਂ ਨੇ ਪਾਵਰ ਸਟੀering ਕਰਨਾ ਹੈ ਡੁਅਲ ਕਲੱਚ ਕਰਨਾ ਹੈ ਤੇਲ ਬ੍ਰੇਕਾ ਕਰਨੀਆਂ ਨੇ ਉੱਚੇ ਪੈੜਦਾਨ ਲਾਉਣੇ ਨੇ ਕਲਾਸਿਕ ਮੱਡ ਘੜ ਲਾਉਣੇ ਨੇ ਕਿਹ ਕੈਟਾਗਰੀ ਆ ਟਰੈਕਟਰ ਤੁਸੀਂ ਫੋਰਡ 360 ਨੂੰ ਪਾਵਰ ਸਟੀering ਡਿਊਲ ਕਲਚ ਕਰਨ ਤੋਂ ਬਾਅਦ ਉੱਪਰ ਜਿੰਨੇ ਮਰਜ਼ੀ ਪੈਸੇ ਲਾ ਲਓ ਘਾਟਾ ਬਾਈ ਕੋਈ ਕ੍ਰੋਮ ਕਰਾ ਲੈਂਦਾ ਕੋਈ ਇਹਦੇ ਉੱਤੇ ਐ ਲਾ ਲਓ ਵੀ ਪਿੱਤਲ ਲਵਾ ਲੈਂਦਾ ਕੋਈ ਸਟੀਲ ਲਵਾ ਲੈਂਦਾ ਕੋਈ ਕੁਝ ਕਰਾ ਲੈਂਦਾ ਜੋ ਮਰਜ਼ੀ ਲਈ ਚੱਲੋ ਉਨੇ ਹੀ ਪਾਇਆ ਉਹ ਵਧੀਆ ਹੋਈ ਜਾਊਗਾ ਤੇ ਇਹਦੇ ਵਿੱਚ ਬਾਈ ਹੁਣ ਇਹ ਲਾ ਲੋ ਵੀ ਟਰੈਕਟਰ ਦਾ ਰੇਟ ਫਾਈਨਲ ਦੱਸਣਾ ਤੁਹਾਨੂੰ ਮੈਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਂ ਕਿ ਕਿਉਂਕਿ ਕਿਸੇ ਨੇ origignal ਰੁੱਖ ਚ ਰੱਖ ਕੇ ਵੀ ਸਾਨੂੰ ਤਾਂ ਪਿੱਛੇ ਬ੍ਰੇਕ ਵੀ origignal ਹੀ ਚਾਹੀਦੇ ਨੇ ਸਾਨੂੰ ਮੂਰੇ ਪਾਵਰ ਸਟੀਅਰਿੰਗ ਕਰ ਦੋ ਠੀਕ ਹੈ ਤੇ ਉਹਦਾ ਹੁਣ ਕੀ ਹਿਸਾਬ ਰੱਖੀਓ ਸਮਝ ਨਹੀਂ ਆਉਂਦਾ ਸਾਨੂੰ ਤੇ ਉਸ ਤੋਂ ਬਾਅਦ ਕਈ ਕਹਿੰਦਾਗਾ ਕਈ ਭਰਾ ਕਹਿੰਦੇ ਨੇ ਵੀ ਪਿੱਛੇ ਡਿਸਕ ਬ੍ਰੇਕ ਕਰ ਦੋ ਮੂਰੇ ਪਾਵਰ ਸਟੀਅਰਿੰਗ ਨਹੀਂ ਕਰਨਾ ਮੂੜ ਦਾ ਹਿੱਸਾ ਉਹੀ ਰੱਖਣਾ ਕਿ ਤੇ ਪੈਰ ਦਾ ਨੀਵੇਂ ਰੱਖਣੇ ਉਹਦਾ ਇੱਕ ਵੱਖਰਾ ਰੇਟ ਹੋਊਗਾ ਕੋਈ ਕਹਿੰਦਾਗਾ ਵੀ ਬਾਈ ਪਿੱਛੇ 14 ਦੇ ਟਾਇਰ ਪਾ ਦੋ ਮੂਰੇ 750 16 ਪਾ ਕੇ ਠੀਕ ਹੈ ਪਾਵਰ ਸਟੀering ਡਿਸਕ ਬ੍ਰੇਕ ਕਰ ਦੋ ਕਿਸੇ ਵੀ ਉੱਚੇ ਪੈੜਦਣ ਸਾਨੂੰ ਪਸੰਦ ਨਹੀਂ ਨੀਵੇਂ ਲਾਓ ਉਹਦਾ ਵੱਖਰਾ ਹੈ ਨਾ ਉਸ ਕਰਕੇ ਯਾਰ ਰੇਟ ਸਹੀ ਐਗਜ਼ੈਕਟ ਦੱਸਣਾ ਮੈਨੂੰ ਐ ਲਾ ਲੋ ਵੀ ਕੋਈ ਕਹਿੰਦਾ ਤੇਲ ਬ੍ਰੇਕਾਂ ਲਾ ਦੋ ਪਾਵਰ ਸਟੀering ਕਰ ਦੋ ਡੁਅਲ ਕਲਚ ਕਰ ਦੋ ਉਹਦਾ ਤਾਂ ਫਿਰ ਵੱਖਰਾ ਹੀ ਹੈ ਨਾ ਜਿਹੜਾ ਹੁੰਦਾਗਾ ਰੇਟ ਤੇ ਇਸੇ ਕਰਕੇ ਸਹੀ ਰੇਟ ਦੱਸਣਾ ਵੀ ਕਿੰਨੇ ਚ ਤਿਆਰ ਹੋ ਜੂਗਾ ਕੋਈ ਉਹ ਨਹੀਂ ਲਾਓ ਜੇ ਆਪਾਂ ਦੱਸ ਨਹੀਂ ਸਕਦੇ ਕੋਈ ਤਰੀਕਾ ਨਹੀਂ ਹੈਗਾ ਇਹਦਾ ਇਹਦਾ ਤਰੀਕਾ ਸਿਰਫ ਇਹ ਹੈ ਵੀ ਮੈਨੂੰ ਕਾਲ ਕਰੋ ਮੇਰਾ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਤੁਸੀਂ ਆਪਦੀ ਆਪਦੀ ਡਿਮਾਂਡ ਦੱਸੋ ਵੀ ਭਾਈ ਆਹ ਕੰਮ ਐਸੀ ਕਰਾਉਣੇ ਨੇ ਇਹਦੇ ਵਿੱਚ ਅਸੀਂ ਡਿਸਕ ਬ੍ਰੇਕ ਕਰਨੇ ਨੇ ਇਹਦੇ ਵਿੱਚ ਅਸੀਂ ਤੇਲ ਬ੍ਰੇਕ ਕਰਨੀਆਂ ਨੇ ਸਿੰਪਾ ਰੱਖਣਾ ਜੋ ਵੀ ਹੈਗਾ ਵੀ ਅਸੀਂ ਆਹ ਚੀਜ਼ਾਂ ਕਰਨਾ ਚਾਹਣੇਗੇ ਤੁਸੀਂ ਮੇਰੇ ਨਾਲ ਕਾਲ ਤੇ ਗੱਲ ਕਰੋ ਤੇ ਮੈਂ ਤੁਹਾਨੂੰ ਸਹੀ ਐਸਟੀਮੇਟ ਤੁਹਾਨੂੰ ਵਟਸਐਪ ਤੇ ਦੱਸ ਦੂੰਗਾ ਵੀ ਭਾਈ ਇੰਨੇ ਕ ਪੈਸੇ ਲੱਗ ਜਾਣਗੇ ਇੰਨੇ ਚਿਹੇ ਤਿਆਰ ਹੋ ਜਾਊਗਾ ਤੇ ਹਰੇਕ ਬੰਦੇ ਦੀ ਬਿਜਾਰਾ ਅਗਲੀ ਆਪਦੀ ਡਿਮਾਂਡ ਹੈਗੀ ਹਰੇਕ ਚੀਜ਼ ਦੇ ਹਰੇਕ ਦੀ ਆਪਦੀ ਪਸੰਦ ਹੈ ਇਸ ਕਰਕੇ ਆਪਣੀ ਪਸੰਦਾਂ ਤਿਆਰ ਕਰਾਉਣ ਦਾ ਇੱਕੋ ਹੀ ਤਰੀਕਾ ਹੈ ਰੇਟ ਪੁੱਛਣ ਦਾ ਮੈਨੂੰ ਕਾਲ ਕਰੋ ਮੈਨੂੰ ਵਟਸਐਪ ਕਰੋ ਤੇ ਬਾਈ ਟਾਈਮ ਪਾਸ ਵਾਲੇ ਬੇਨਤੀ ਹੈ ਨਾ ਵੀ ਟਾਈਮ ਪਾਸ ਵਾਲੇ ਨਾ ਕਰੋ ਕਾਲ ਜਿਨ੍ਹਾਂ ਨੇ ਕਰਾਉਣਾ ਚਾਹੁੰਦੇ ਨੇ ਜਿਨ੍ਹਾਂ ਦੇ ਦਿਲ ਜੋ ਦੇ ਲੋ ਇੱਛਾ ਹੈਗੀ ਹੈ ਨਾ ਕਿਉਂਕਿ ਫਿਰ ਬਾਈ ਦੂਸਰੀਆਂ ਕਾਲਾਂ ਬਹੁਤ ਮਿਸ ਹੋ ਜਾਂਦੀਆਂ ਨੇ ਜਿਹੜੇ ਭਰਾ ਕਰਾਉਣਾ ਚਾਹੁੰਦੇ ਨੇ ਕਹਿੰਦਾ ਉਹਨਾਂ ਨੂੰ ਟਾਈਮ ਨਹੀਂ ਦੇ ਪਾਉਂਦੇ ਕਿਉਂਕਿ ਅਸੀਂ ਟਰੈਕਟਰ ਵੀ ਤਿਆਰ ਕਰਨੇ ਹੁੰਦੇ ਨੇ ਇੱਕ ਦੋ ਕੰਮ ਅਸੀਂ ਹੋਰ ਵੀ ਕਰਨੇ ਨੇ ਬਾਈ ਕਾਲ ਅਟੈਂਡ ਕਰਨ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ WhatsApp ਤੇ ਕਾਲ ਆਉਂਦੀ ਹੈ ਜਾਇ ਤੇ ਆਉਂਦੀ ਹੈ ਪੂਰੀ ਕੋਸ਼ਿਸ਼ ਰਹਿੰਦੀ ਵੀ ਅਸੀਂ ਫੋਨ ਚੱਕਦੇ ਹਾਂਗੇ ਚਾਹੇ ਰਾਤ ਨੂੰ ਆਵੇ ਚਾਹੇ ਦਿਨੇ ਆਵੇ ਕੋਸ਼ਿਸ਼ ਪੂਰੀ ਰਹਿੰਦੀ ਹੈ ਟਾਈਮ ਕਿਹੜਾ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਪਰ ਬਾਈ ਡਾਇਰੈਕਟਰ ਤਿਆਰ ਕਰਾਉਣ ਵਾਲਾ ਬੰਦਾ ਹੋਵੇ ਫਿਰ ਚਾਹੇ 12 ਵਜੇ ਫੋਨ ਕਰ ਲੇ ਅਸੀਂ ਚੱਕ ਲੈਣੇ ਹੁੰਦੇ ਹਾਂਗੇ ਤੇ ਚਲੋ ਹੁਣ ਇਹ ਤਾਂ ਚੀਜ਼ ਹੋ ਗਈ ਬਾਈ ਫੋਰਡ 3600 ਬਾਰੇ ਵੀ ਰੇਟ ਪੁੱਛਣਾ ਤੁਸੀਂ ਸਾਡੇ ਨਾਲ ਸੰਪਰਕ ਕਰੋ ਰੇਟ ਪੁੱਛੋ ਨੰਬਰ ਆ ਰਿਹਾ ਸਕਰੀਨ ਦੇ ਉੱਤੇ ਤੇ ਹੁਣ ਇਹਦੀ ਗੱਲ ਕਰਦੇ ਹਾਂ ਫੋਰਡ 3600 ਦੀ ਫੋਰਡ 3600 ਬਾਈ ਜਿਹੜਾ ਇਹ ਹੁਣ ਰੈਡੀ ਹੋਇਆ ਹੈਗਾ ਹੋਇਆ ਹੈਗਾ ਇਹਦੇ ਸਾਰੀ ਜਾਣਕਾਰੀ ਦੇ ਨਾਲ ਇਹਦੇ 16 ਦੇ ਟਾਇਰ ਪਾਏ ਹੋਏ ਨੇ 16 9 28 ਪਿੱਛੇ ਟਾਇਰ ਪਾਇਆ ਹੋਇਆ ਹੈਗਾ ਇਹਦਾ ਇਹ ਟਾਇਰ ਪਾਉਣ ਵਾਸਤੇ ਬਾਈ ਇਹਦਾ ਰਿੰਮ ਵੀ ਚੇਂਜ ਕਰਨਾ ਪੈਂਦਾ ਹੈਗਾ ਪਰ ਮੈਂ ਹਰ ਵਾਰ ਕਹਿੰਦਾ ਇਹ ਚੀਜ਼ ਵੀ ਕਿਸੇ ਨੂੰ ਧੋਖੇ ਚ ਨਹੀਂ ਰੱਖਦੇ 16 ਦੇ ਟਾਇਰ ਬਾਈ ਫੋਰਡ 3600 ਵਾਸਤੇ ਨਹੀਂ ਬਣੇ ਫੋਰਡ 3600 ਦੇ 13 ਦੇ ਟਾਇਰ ਲਗੇ 13 ਦੇ ਟਾਇਰਾਂ ਤੋਂ ਬਾਅਦ ਆਪਾਂ 14 ਦੇ ਪਾ ਸਕਦੇ ਜੇ ਇਹਦੀ ਆਪਾਂ ਪਾਵਰ ਵਧਾ ਰਹਿਆਂਗੇ ਤੇ ਪਾਵਰ ਵਧਾਉਣ ਤੋਂ ਬਾਅਦ ਬਾਈ ਐਂ ਲਾ ਲਓ ਵੀ ਇਹਦੇ ਆਪਾਂ 16 ਦੇ ਟਾਇਰ ਪਾਤੇ ਸ਼ੌਂਗਪੂਰੇ ਨੂੰ ਪਾਤੇ ਪਰ ਖੇਤੀ ਚ ਅਸੀਂ ਚੱਲਦਾ ਇਹ ਦਿਖਾਇਆ ਸੀ ਇਹਦੀ ਪਰਫਾਰਮੈਂਸ ਦਿਖਾਈ ਸੀਗੀ ਖੇਤੀ ਚ ਖੇਤ ਚ ਚੱਲਣ ਤੋਂ ਬਾਅਦ ਐਲਾਲੋ ਵੀ ਇਹਦੀ ਪਰਫਾਰਮੈਂਸ ਦਿਖਾਉਣ ਤੋਂ ਬਾਅਦ ਹੁਣ ਤੁਸੀਂ ਇਹਦੇ ਆਪ ਦੀ ਐਨ ਲਾਲੋ ਵੀ ਆਪਦੀ ਮਰਜ਼ੀ ਕਰ ਸਕਦੇ ਹੋ ਤੁਸੀਂ ਤੁਹਾਨੂੰ 16 ਦੇ ਚਾਹੀਦੇ ਨੇ 14 ਚਾਹੀਦੇ ਉਹਦਾ ਲਿੰਕ ਬਾਈ ਇਸ ਤੋਂ ਇੱਕ ਦੋ ਵੀਡੀਓ ਪਹਿਲਾਂ ਪਾਈ ਹੋਈ ਹੈ ਉਹ ਦੇਖ ਲਿਓ ਤੁਸੀਂ ਆ ਵੀਡੀਓ ਤੋਂ ਪਹਿਲਾਂ ਦੇਖ ਲਿਓ ਇੱਕ ਦੋ ਵੀਡੀਓ ਪਹਿਲਾਂ ਪਾਈ ਹੋਈ ਹੈਗੀ ਤੇ ਇਹਦੇ 16 ਦੇ ਢਾਈਆਂ ਚ ਮੈਂ ਪਰਫਾਰਮੈਂਸ ਥੋੜੀ ਦਿਖਾਤੀ ਹੈਗੀ ਪਰ ਇਹਦੇ ਵਿੱਚ ਇੱਕ ਵਾਰ ਜਿਹੜਾ ਅਸੀਂ ਕੰਮ ਕੀਤਾਗਾ ਵਧੀਆ ਬਾਹੂਗਾ ਵਧੀਆ ਚੱਲੂਗਾ ਤੇ 16 ਦੇ ਟਾਇਰਾਂ ਦੇ ਵਿੱਚ ਹੈ ਮੰਨ ਲਓ ਵੀ ਇਹ ਟਰੈਕਟਰ ਪਰਫਾਰਮ ਵਧੀਆ ਕਰਦਾ ਹੈਗਾ ਤੁਸੀਂ 16 ਦੇ ਟਾਇਰਾਂ ਨਾਲ ਜਿਹੜੇ ਕੰਮ ਐਸੀ ਕੀਤੇ ਹੋਏ ਨੇਗੇ ਉਹਦੇ ਵਿੱਚ ਤੁਸੀਂ ਖੇਤੀ ਕਰਦੇ ਵੀ ਦੇਖ ਸਕਦੇ ਹੋਗੇ ਇਹਨੂੰ ਅਸੀਂ ਬਾਹਰ ਲੈਨੇ ਆਗੇ ਇਹਦੇ ਨਾਲ ਐ ਲੈ ਲਓ ਵੀ ਪਰ ਅਸੀਂ ਗਾਰੰਟੀ ਨਹੀਂ ਦਿੰਦੇ 16 ਦੇ ਟਾਇਰਾਂ ਦੀ ਕਿਉਂਕਿ ਸਾਨੂੰ ਪਤਾ ਹੈ ਬਾਈ ਇਹਦੇ ਵਿੱਚ ਦਿੱਕਤ ਸਾਲ ਨੂੰ 2 ਸਾਲ ਨੂੰ 1.5 ਸਾਲ ਨੂੰ ਆਉਣੀ ਆਉਣੀ ਹੈਗੀ ਜੇ ਤੁਸੀਂ ਇਹਦੇ ਨਾਲ ਖੇਤੀ ਕਰੋਗੇ ਪਰ ਸ਼ੌਂਕ ਨੂੰ ਬਾਈ ਜਿੱਥੇ ਮਰਜ਼ੀ ਚਲਾਈ ਚੱਲੋ ਪਾਨੇ ਚਾਬੀਆਂ ਹੱਥ 'ਚ ਹੁੰਦੇ ਨੇ ਕਿ ਆਪਦੇ ਕਾਸੀ ਚਲੋ ਠੀਕ ਹੈ ਇੰਨਾ ਕੀ ਪ੍ਰੋਬਲਮ ਆਊਗੀ ਕੋਈ ਮੇਜਰ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਇਹ ਚੀਜ਼ਾਂ ਅਸੀਂ ਪਹਿਲਾਂ ਦੱਸ ਦੇਣਾ ਐਸੇ ਕਰਕੇ ਸਾਡੇ ਕੋਲ ਐਂ ਲਾ ਲਓ ਵੀ ਕੰਮ ਘੱਟ ਹੈਗਾ ਐਸੀ ਕਿਸੇ ਨੂੰ ਝੂਠ ਨਹੀਂ ਬੋਲਦੇ ਨਾ ਵੀ ਸਾਡੇ ਕੋਲ ਓਨਾ ਕੰਮ ਹੈ ਵੀ ਜਿੰਨਾ ਕਿ ਅਸੀਂ ਸੰਭੀ ਜਾਂਦੇ ਹਾਂਗੇ ਇਹ ਤਾਂ ਹੀ ਹੈ ਵੀ ਅਸੀਂ ਸਿੱਧੇ ਹੀ ਮੂੰਹ ਤੇ ਕਹਿ ਦੇਣਾ ਜੇ ਮੈਨੂੰ ਕਾਲ ਵੀ ਆਉਂਦੀ ਵੀ ਬਾਈ ਆ ਚੀਜ਼ ਨਾ ਕਰਵਾ ਤੈਨੂੰ ਅੱਖਾਂ ਉਹ ਉਹੀ ਬੰਦੇ ਮੇਰੇ ਕੋਲ ਐਂ ਲਾ ਲਓ ਵੀ ਬਾਅਦ ਚੋਂ ਇੰਨੇ ਕ ਬੰਦੇ ਉਸ ਚੀਜ਼ ਨੂੰ ਲੈ ਕੇ ਆਏ ਨੇ ਵੀ ਬਾਈ ਤੂੰ ਇੰਨਾ ਦੱਸ ਦੱਸਿਆ ਸੀ ਸਾਨੂੰ ਉਸ ਟਾਈਮ ਇਹ ਪੈਸੇ ਵੀ ਵੱਧ ਲੱਗੇ ਤੇ ਇਹ ਚੀਜ਼ਾਂ ਵੀ ਸਾਨੂੰ ਇਹੋ ਲੱਗੀਆਂ ਤੇ ਉਹ ਉਸ ਤੋਂ ਵੱਧ ਪੈਸੇ ਲਾ ਕੇ ਦੁਬਾਰੇ ਬੰਦੇ ਪਛਤਾਉਂਦੇ ਨੇਗੇ ਇਹ ਸਾਡੇ ਕੋਲ ਆਉਂਦੇ ਵੀ ਨਹੀਂਗੇ ਤੇ ਇਹੀ ਚੀਜ਼ਾਂ ਐ ਲਾ ਲਓ ਵੀ ਅਸੀਂ ਪਹਿਲਾਂ ਕਹਦੇ ਨਾ ਇਹ ਬਾਅਦ ਚ ਕਿਸੇ ਨਾਲ ਬੈਸਨ ਨਾਲੋਂ ਲੜਨ ਨਾਲੋਂ ਠੀਕ ਹੈ ਹੁਣ ਤੁਹਾਨੂੰ ਮੋਟਾ ਮੋਟਾ ਇਹ ਮੈਂ ਅੰਦਾਜ਼ਾ ਦਿਨਾ ਕਿਉਂਕਿ ਮੈਨੂੰ ਇੱਕ ਵੀਡੀਓ ਮੈਂ ਅੱਜ ਇਹ ਵੀਡੀਓ ਥੋੜੀ ਲੰਬੀ ਹੋ ਜਾਣੀ ਹੈ ਇੱਕ ਵੀਡੀਓ ਮੈਂ ਅੱਡ ਹੋਰ ਬਣਾਉਂਗਾ ਅਗਲੀ ਵੀਡੀਓ ਵਿੱਚ ਦੇ ਦਾਂ ਕੱਲੇ ਕੱਲੇ ਦੀ ਜਾਣਕਾਰੀ ਮੈਂ ਇਕੱਠਿਆਂ ਦੀ ਜਾਣਕਾਰੀ ਇੱਕ ਵਾਰ ਤੁਹਾਨੂੰ ਦੱਸ ਦੇਣਾ ਵੀ ਇਹ ਫੋਰਡ 3600 ਤਿਆਰ ਹੋਇਆ ਹੋਇਆ ਮਾੜਾ ਜਿਹਾ ਅੱਗੇ ਆ ਕੇ ਦਿਖਾ ਦੋ ਜੀ ਇਹਦੇ 16 9 28 ਦੇ ਟਾਇਰ ਪਏ ਨੇ ਸੀਟ ਵਧੀਆ ਲੱਗੀ ਹੋਈ ਹੈਗੀ ਇਹਦੀ ਆਹ ਡੰਡੀ ਹਾਲੇ ਫਿੱਟ ਕਰਨੀ ਰਹਿੰਦੀ ਹੈ ਸਾਡੀ ਐਸੀ ਕੰਮ ਕੰਮ ਚੱਲ ਰਿਹਾ ਸੀ ਪਰ ਤੁਹਾਨੂੰ ਦਿਖਾਉਣ ਵਾਸਤੇ ਵੀਡੀਓ ਬਣਾਉਣੀ ਜ਼ਰੂਰੀ ਸੀ ਇਸ ਕਰਕੇ ਅਸੀਂ ਤੁਹਾਨੂੰ ਦਿਖਾਉਣ ਵਾਸਤੇ ਲਿਆ ਟਰੈਕਟਰ ਨੂੰ ਤੇ ਇਹਦੇ ਮੂਰੇ 1016 ਟਾਇਰ ਪਏ ਆ ਮੂਰੇ ਪਾਵਰ ਸਟੀਅਰਿੰਗ ਹੋਇਆ ਡੁਅਲ ਕਲਚ ਹੋਇਆ ਤੇਲ ਬ੍ਰੇਕਾਂ ਹੋਈਆਂ ਨੇ ਠੀਕ ਹੈ ਤੇ ਆ ਆਲਟੀਨੇਟਰ ਨਵਾਂ ਲੱਗਿਆ ਸੈਲਫ ਨਵਾਂ ਲੱਗਿਆ ਵਾਇਰਿੰਗ ਸਾਰੀ ਨਵੀਂ ਹੋਈ ਐ ਸਲੈਂਸਰ ਨਵਾਂ ਲੱਗਿਆ ਇਹ ਜਿੰਨੇ ਵੀ ਪਾਰਟ ਤੁਹਾਨੂੰ ਦਿਖ ਰਹੇ ਨੇਗੇ ਸਾਡੀ ਕੋਸ਼ਿਸ਼ ਰਹਿੰਦੀ ਐ ਵੀ ਅਸੀਂ ਈ ਟੌਪ ਜਾਂ ਫਾਰਮਟ੍ਰੈਕ ਦੇ ਪਾਈਏ ਕਿਉਂਕਿ ਜੇ ਜਿਹੜੇ ਪਾਰਟ ਐ ਸੀ ਇਹ ਨਾਲ ਵੀ ਟੌਪ ਦੇ ਕੰਪਨੀ ਚੋਂ ਮਹਿੰਗੇ ਲੈ ਰਹਿਆਂਗੇ ਸਿੱਧਾ ਏਜੰਸੀ ਵਾਲਿਆਂ ਤੋਂ ਮਹਿੰਗੇ ਲੈ ਰਹਿਆਂਗੇ ਤੇ ਉਹੀ ਪਾਰਟ ਜੇ ਆਪਾਂ ਬਾਹਰੋਂ ਮਾਰਕੀਟ ਚੋਂ ਲਈਏ ਜਿਹੜਾ ਪਾਰਟ ਨਾਲੋਂ ਵੀ ਇਹ ਸਲੈਂਸਰ 2300 2400 2500 ਤੱਕ ਦਾ ਸਲੈਂਸਰ ਮਲ ਮੰਨ ਲਓ ਠੀਕ ਹੈ ਉਹੀ ਸਲੈਂਸਰ ਬਾਈ 700 800 200 900 1000 1200 ਇੰਨੇ ਇੱਕ ਤੱਕ ਦਾ ਬਾਹਰੋਂ ਜੇ ਹੋਰ ਕੰਪਨੀ ਦਾ ਜਾਂ ਦੇਸੀ ਲਾਉਣੇ ਹੈਗੇ ਉਹ ਇੰਨੇ ਇੱਕ ਦਾ ਮਿਲ ਜਾਂਦਾ ਤੇ ਤੁਸੀਂ ਐ ਲਾ ਲਓ ਵੀ ਟਰੈਕਟਰ ਚ ਕਿੰਨੇ ਪਾਰਟਸ ਨੇ ਤੇ ਸਾਰਿਆਂ ਚ ਜੇ ਪੈਸੇ ਬਚਾਉਣ ਲੱਗੇ ਤਾਂ ਕਿੱਥੇ ਤੱਕ ਗੱਲ ਵੱਜ ਸਕਦੀ ਹੈਗੀ ਉਹ ਚੀਜ਼ ਹੈਗੀ ਤੇ ਇਸੇ ਕਰਕੇ ਬਾਈ ਆ ਟਰੈਕਟਰ ਚਲੋ ਤਿਆਰ ਹੋਇਆ ਤੁਹਾਡੇ ਨਾਲ ਮੋਟੀ ਮੋਟੀ ਚੀਜ਼ਾਂ ਸਾਂਝੀਆਂ ਕਰ ਰਹੇ ਹੈਗਾ ਬੰਪਰ ਇਹਦੇ ਬਹੁਤ ਸੋਹਣਾ ਲੱਗੇਗਾ ਬਹੁਤ ਸੋਹਣਾ ਬੰਪਰ ਹੈ 1016 ਦੇ ਨਾਲ ਟਾਇਰ ਇਹ ਜਿਹੜ ਬਾਕੀ ਏਅਰ ਕਲੀਨਰ ਭਰਾ ਨੂੰ ਛੋਟਾ ਨੀਮਾ ਚਾਹੀਦਾ ਸੀਗਾ ਲੈ ਹੈਡ ਲਾਈਟਾਂ ਤੇ ਹਾਈ ਲੈਕਸ ਵਾਲੀ ਲੱਗੀਆਂ ਹੋਈਆਂ ਨੇਗੀਆਂ ਤੇ ਬਹੁਤ ਸੋਹਣਾ ਟਰੈਕਟਰ ਹੈ ਤੇ ਤੁਹਾਨੂੰ ਇਹਦੀ ਆਵਾਜ਼ ਸੁਣਾ ਦੇਣਾ ਉਸ ਤੋਂ ਬਾਅਦ ਫਿਰ ਆਪਾਂ 33 ਦੀ ਆਵਾਜ਼ ਸੁਣਾਵਾਂਗੇ ਤੁਹਾਨੂੰ ਤੇ ਆ ਫੋਰਡ 3300 ਹੈਗਾ ਬਾਈ ਤੇ ਇਹਦੀ ਆਵਾਜ਼ ਸੁਣ ਲਓ ਤੁਸੀਂ ਇਹ ਇਹ ਤੇ ਸੁਣਾਵਾ ਮਾਈਕ ਤੇ ਸੁਣਾਵਾ ਦਾਣੇ ਦਾਣੇ ਗਿਣਦਾ ਹੈ ਤੋ ਤੁਹਾਡੇ ਸਾਹਮਣੇ ਆ ਉਹ ਤੁਸੀਂ ਵੀ ਦੱਸਦੇ ਹੋ ਕਿਹਨਦਾ ਜਾਂ ਨਹੀਂ ਕਿਹਨਦਾ ਠੀਕ ਹੈ ਜੀ ਇਹ ਫੋਰਡ 330 ਇਹਦੀ ਇੱਕ ਵਾਰ ਲਾਈਟਸ ਵੀ ਮੈਂ ਚਾਲਦੀਆਂ ਕਰਾ ਲੇ ਫੇਰ 43600 ਤੋਂ ਬਾਅਦ ਬਾਈ ਇਹ 3630 ਹੈ 3630 ਕਿਸੇ ਪੁਰਾਣੇ ਸਾਡੇ ਤੋਂ ਤਿਆਰ ਕਰਾਉਣਾ ਹੈਗਾ ਤੇ ਕਿਸੇ ਨੇ ਆਪਣਾ ਪੁਰਾਣਾ ਡਰਾਈਵਰ ਪੇਂਟ ਕਰਾਉਣਾ ਹੈਗਾ ਉਹ ਵੀ ਸਾਡੇ ਤੋਂ ਪੇਂਟ ਕਰਾ ਸਕਦਾ ਹੈਗਾ ਤੇ ਇਹਦੇ ਬਾਰੇ ਜਾਣਕਾਰੀ ਬਾਈ ਅਗਲੀ ਵੀਡੀਓ ਹੁਣ ਵੀਡੀਓ ਦੇ ਜਿਹੜੀ ਆ ਰਹੀ ਹੈਗੀ ਉਹ ਦੇਖ ਲਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ ਤੇ 3630 ਦੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਦਿੰਨੇ ਹੈ ਬਾਈ 3630 ਤੋਂ ਬਾਅਦ 3600 ਦਿੰਨੇ ਹੈਗਾ ਕਾਫੀ ਲੰਬੀ ਵੀਡੀਓ ਹੋ ਜਾਣੀ ਹੈ ਤੇ ਇਸੇ ਤਰੀਕੇ ਨਾਲ ਪਿਆਰ ਬਣੇ ਰੱਖੋ ਵੀਡੀਓ ਚੈਨਲ ਸਬਸਕ੍ਰਾਈਬ ਕਰ ਦਿਓ ਬਾਈ ਚਲੋ ਧੰਨਵਾਦ